ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਆਵਾਜ਼ ਕੌਮ ਟੀਵੀ। ਅੱਜ ਅਸੀਂ ਮੌਜੂਦ ਹਾਂ ਨਾਭਾ ਵਿਖੇ, ਜਿੱਥੇ ਕਿ ਆਂਗਨਵਾੜੀ ਵਰਕਰਾਂ ਵੱਲੋਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਭਾ ਤੋਂ। ਆਓ ਅਸੀਂ ਇਹਨਾਂ ਨਾਲ ਆਂਗਨਵਾੜੀ ਵਰਕਰਾਂ ਨਾਲ ਗੱਲਬਾਤ ਵੀ ਕਰਦੇ ਹਾਂ। ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਹੋ? ਮੈਂ ਸ਼ਾਂਤੀ ਦੇਵੀ, ਬਲਾਕ ਪ੍ਰਧਾਨ ਨਾਭਾ ਜੀ, ਜਨਰਲ ਸੈਕਟਰੀ ਪਟਿਆਲਾ। ਸਾਡੀਆਂ ਜਿਹੜੀਆਂ ਮੰਗਾਂ ਨੇ ਗੀ ਉਹ ਜਾਇਜ਼ ਨੇ, ਤੇ ਅਸੀਂ ਸਿੱਖਿਆ ਮੰਤਰੀ 4 ਮਹੀਨੇ ਹੋ ਗਏ ਜੀ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਬੈਠੇ ਆ। ਦਿਨ ਰਾਤ ਦਾ ਧਰਨਾ ਚੱਲ ਰਿਹਾ, ਤੇ ਇੱਕ ਧਰਨਾ ਸਾਡਾ ਦੀਨਾਨਗਰ ਚੱਲ ਰਿਹਾ ਜੀ। ਸਾਡੇ ਮੰਤਰੀ ਨੇ, ਸਾਡੇ ਮਹਿਕਮੇ ਦੇ ਮੰਤਰੀ ਅਰਨਾ ਚੌਧਰੀ ਜੀ, ਉਹਨਾਂ ਦੀ ਕੋਠੀ ਦੇ ਮੂਹਰੇ, ਪਰ ਸਰਕਾਰ ਦੇ ਹਜੇ ਤੱਕ ਕੰਨਾਂ ਤੱਕ ਜੂ ਨਹੀਂ ਪਹੁੰਚੀ। 4 ਮਹੀਨੇ ਹੋ ਗਏ, 5 ਮਹੀਨੇ ਸਾਨੂੰ ਹਰਾਸਮੈਂਟ ਕਰਦਿਆਂ ਨੂੰ, ਤੇ 600-300 ਰੁਪਇਆ ਜਿਹੜਾ ਸਾਡਾ 2018 ਦੇ ਵਿੱਚ ਮੋਦੀ ਸਰਕਾਰ ਨੇ ਵਧਾਇਆ ਸੀ, ਉਹਦੇ ਵਿੱਚ 60% ਮੋਦੀ ਸਰਕਾਰ ਨੇ ਪਾਉਣਾ ਸੀ, 40% ਪੰਜਾਬ ਸਰਕਾਰ ਨੇ, ਆਪਣੇ ਆਪਣੇ ਸੂਬੇ ਦੀਆਂ ਸਰਕਾਰਾਂ ਨੇ ਪਾਉਣਾ ਸੀ, ਪਰ ਸਾਰੇ ਸੂਬੇ ਨੇ ਸਰਕਾਰਾਂ ਨੇ ਦਿੱਤਾ ਜੀ। 60% ਮੋਦੀ ਸਰਕਾਰ ਨੇ ਵੀ ਦਿੱਤਾ, 40% ਜਿਹੜਾ ਸ਼ੇਅਰ ਸੀ ਜਿਹੜਾ ਦੇਣਾ ਸੀ ਉਹ ਹਜੇ ਤੱਕ ਸਾਡਾ ਪੰਜਾਬ ਸਰਕਾਰ ਨੇ ਦਿੱਤਾ ਨਹੀਂ। ਤੇ ਇੱਕ ਸਾਡੇ 600 ਤੇ 3 ਤੋਂ 6 ਸਾਲ ਦੇ ਬੱਚੇ ਸੀ ਜਿਹੜੇ ਸਾਡੇ, ਉਹ ਸਾਡੇ ਬੱਚੇ ਜਾ ਕੇ ਸਿੱਖਿਆ ਪ੍ਰਾਇਮਰੀ ਸਕੂਲਾਂ ਵਿੱਚ ਦੇਤੇ, ਉਹ ਸਾਡੇ ਜਿਹੜੇ ਸੈਂਟਰ ਨੇ ਉਹ ਖਾਲੀ ਹੋ ਰਹੇ ਨੇ, ਸਾਡੀਆਂ ਰੌਣਕਾਂ ਖਤਮ ਹੋ ਰਹੀਆਂ, ਸਾਡੀ ਰੋਜੀ ਰੋਟੀ ਖਤਮ ਕਰ ਰਹੀ ਹੈ ਸਰਕਾਰ, ਵੀ ਬੱਚੇ ਖੋ ਕੇ ਵੀ ਇਹ ਵਿਹਲੀਆਂ ਬੈਠਣਗੇ ਤੇ ਸਾਨੂੰ ਘਰਾਂ ਨੂੰ ਤੋੜਨ ਨੂੰ ਤਿਆਰ ਹੋ ਰਹੀ ਹੈ ਸਰਕਾਰ। ਜੇ ਇਹ ਤਾਂ ਸਰਕਾਰ ਇਹੀ ਕੁਛ ਕਰੂਗੀ, ਹੁਣ ਤਾਂ ਅਸੀਂ ਬਲਾਕ ਪੱਧਰ ਤੇ ਕਰਿਆ, ਫਿਰ ਅਸੀਂ ਜ਼ਿਲ੍ਹੇ ਪੱਧਰ ਤੇ ਕਰਾਂਗੇ, ਫਿਰ ਅਸੀਂ ਕੈਪਟਨ ਸਰਕਾਰ ਦੀ ਕੋਠੀ ਮੂਹਰੇ ਵੀ ਬੈਠਾਂਗੇ, ਚਾਹੇ ਸਾਨੂੰ ਦਿਨ ਰਾਤ ਬੈਠਣਾ ਪਵੇ, ਕੁਛ ਵੀ ਹੋਏ ਅਸੀਂ ਜਾਨਾਂ ਤੱਕ ਦੇਵਾਂਗੇ, ਚਾਹੇ ਸਾਨੂੰ ਜੇਲ੍ਹਾਂ 'ਤੇ ਜਾਣਾ ਪਵੇ, ਤੇ ਜਿੰਨੀ ਦੇਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਜਿਸ ਤਰ੍ਹਾਂ ਕਿ ਅੱਗੇ ਇਲੈਕਸ਼ਨ ਵੀ ਆ ਰਹੀ ਹੈ, ਤੁਸੀਂ ਕਿਵੇਂ ਦੇਖਦੇ ਹੋ ਵੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਲੈਕਸ਼ਨ ਆ ਰਹੀ ਹੈ ਜੀ ਸਰਕਾਰ ਨੂੰ? ਅਸੀਂ ਇਹ ਤਾਂ ਪੰਜਾਬ ਸਰਕਾਰ ਨੂੰ ਤਾਂ ਅਸੀਂ ਖੜਨ ਵੀ ਨਹੀਂ ਦੇਣਾ ਜੀ, ਇਹ ਜਿਹੜੀ ਆਪਣੀ ਕਾਂਗਰਸ ਦੀ ਸਰਕਾਰ ਆ, ਹਰੇਕ ਪਿੰਡ ਦੇ ਵਿੱਚ, ਹਰੇਕ ਮਹੱਲੇ ਦੇ ਵਿੱਚ, ਹਰੇਕ ਬਲਾਕ ਦੇ ਵਿੱਚ, ਹਰੇਕ ਜ਼ਿਲ੍ਹੇ ਵਿੱਚ ਸਾਡੀ ਆਂਗਨਵਾੜੀ ਵਰਕਰ ਹੈਲਪਰ 2 ਨੇ, ਉਹਨਾਂ ਦੇ ਇੱਕ ਪਰਿਵਾਰ ਦੇ ਨਾਲ ਕਿੰਨੇ ਮੈਂਬਰ ਜੁੜੇ ਹੁੰਦੇ ਨੇ। ਅਸੀਂ ਖੜਨ ਵੀ ਨਹੀਂ ਦੇਣਾ, ਉਹਨਾਂ ਨੂੰ ਇੱਕ ਬੋਲਣ ਵੀ ਨਹੀਂ ਦੇਣਾ, ਮੌਕਾ ਵੀ ਨਹੀਂ ਦੇਣਾ, ਭਜਾਵਾਂਗੇ ਉਹਨਾਂ ਨੂੰ, 0 ਵੋਟ ਪਾਊਗੀ ਉਹਨਾਂ ਨੂੰ, ਕੋਈ ਨਹੀਂ ਉਹਨਾਂ ਨੂੰ, ਮੂੰਹ ਤੋੜ ਜਵਾਬ ਦੇਵਾਂਗੇ ਸਰਕਾਰ ਨੂੰ। ਜੇਕਰ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਵੇ? ਜੇਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਤਾਂ ਸਾਡਾ ਸੰਘਰਸ਼ ਜਿਹੜਾ ਹੋਰ ਤਿੱਖਾ ਹੋਊਗਾ, ਫਿਰ ਅਸੀਂ ਜ਼ਿਲ੍ਹੇ ਪੱਧਰ ਤੇ ਕਰਾਂਗੇ, ਫਿਰ ਅਸੀਂ ਚੰਡੀਗੜ੍ਹ ਵੀ ਕਰਾਂਗੇ ਜਿੱਥੇ ਤੱਕ ਸਾਨੂੰ ਬੈਠਣਾ ਪਊ ਦਿਨ ਰਾਤ, ਹੁਣ ਸਾਡਾ ਸੰਗਰੂਰ ਵੀ ਤਾਂ ਚੱਲ ਰਿਹਾ, ਫਿਰ ਅਸੀਂ ਪਟਿਆਲੇ ਵੀ ਬੈਠਾਂਗੇ ਦਿਨ ਰਾਤ। ਜੇ ਸਾਡਾ ਇਸ ਤਰ੍ਹਾਂ ਸਾਡਾ ਆਲ ਇੰਡੀਆ ਦੀ ਸਾਡੀ ਯੂਨੀਅਨ ਆ, ਅਸੀਂ ਬਹੁਤ ਪੱਕੇ ਮੋਰਚੇ ਤੇ ਬੈਠਾਂਗੇ, ਅਸੀਂ ਬਿਲਕੁਲ ਨਹੀਂ ਉੱਠਾਂਗੇ, ਚਾਹੇ ਸਾਨੂੰ ਗੋਲੀਆਂ ਮਾਰਨ, ਚਾਹੇ ਸਾਨੂੰ ਜਾਨਾਂ ਦੇਣ ਸਾਡੀਆਂ, ਕਿਉਂ ਜਦੋਂ ਸਾਡੀਆਂ ਰੋਟੀ ਦੀ ਭੁੱਖਿਆ ਸੀ, ਅਸੀਂ ਰੋਟੀ ਸਾਨੂੰ ਉੱਥੇ ਵੀ ਮਿਲ ਜੂਗੀ, ਚਲ ਸਾਲ ਜੇ ਕੁਛ ਹੋਊਗਾ ਸਾਡੇ ਬੱਚਿਆਂ ਨੂੰ ਤਾਂ ਕੁਛ ਮਿਲ ਜੂ ਘੱਟੋ ਘੱਟ, ਹੁਣ ਅਸੀਂ ਭੁੱਖਿਆ ਸੀ, ਮਜਬੂਰ ਆ, ਅਸੀਂ ਜੋ ਕੁਛ ਹੋਊਗਾ ਅਸੀਂ ਕਰਾਂਗੇ। ਇਹ ਸਨ ਕੁਝ ਆਂਗਨਵਾੜੀ ਵਰਕਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਇਹਨਾਂ ਦਾ ਕੀ ਕਹਿਣਾ ਤੁਸੀਂ ਆਪ ਹੀ ਸੁਣ ਹੀ ਲਿਆ, ਤੇ ਮੈਂ ਤਰੁਣ ਮਹਿਤਾ ਨਾਭਾ।
मैं शांति प्रधान देवी जी ब्लॉक प्रधान नाभा जनरल सैकटरी पटियाला तो जेडे साडा चार महीने तो जी असी सिक्ख्या मंत्री की कोठी मूहे बैठे तो पं चार पाँच महीने हो गए सानू जी दीनानगर बैठे असी साडे महकमे के मंत्री अरुणा चौधरी जी तो साड़ी तीन तो छे साल के बच्चे ने साडे पहला 2018 के सरकार ने वादा किया भी सोडे बच्चे वापस करे जाएंगे तो दो घंटे सोना डवा आपस हिस्सेदारी करी जाऊगी भी दो घंटे साडे प्राइमरी स्कूल के टीचर पढ़ाया करेंगे तो इस बार बच्चे सोडे को आया करेंगे पर सरकार अपने कहने तो मुकर गई जी ना तो साडे बच्चे वापस किए और बच्चों बिना जो साडे सेंटर दी रौनकां ने वो चलिया गई साडे सेंटर खाली हो रहे ने सरकार पंजाब सरकार साडी रोटी खोह दे लई मजबूर हो रही है तो एक साडा मोदी सरकार जी सरकार ने फैसला किया भी उहदे विच साडा 1500 रुपये वधाया सी जिहदे विच 40% शेयर पंजाब सरकार ने पाउणा सी होर सारे सूबे दीआं सरकारां ने अपना 40% पाता पर साडी कैप्टन सरकार ने हजे तक साडा जिहड़ा 40% उह दित्ता नहीं तीन साल हो गए उहदे विच ते साडा 600-300 कट्टिया साडा लागू करे समेत जिहड़ा साडा जिन्ना बनता बकाया बकाए समेत सानू उह देना चाहीदा नहीं जेकर साडा नहीं दिंदी सरकार तां साडा जिहड़ा धरना होर मजबूर होऊगा असीं होर मजबूत अगे तक संघर्ष जारी रखांगे जेकर साडीआं इह गल्लां नहीं मन्नूगी सरकार तां असीं पहलां ब्लाक पद्धर ते जिले पद्धर ते ते उपर हुण कैप्टन सरकार असीं पटियाले वी धरना देण नूं तैयार असीं सारे उत्थे देवांगे जी जे साडीआं ना मनिया सरकार ने तो अगे वास्ते सरकार नूं असीं घर घर आऊगी जे असीं तां असीं खड़न नहीं देना इहनूं उत्थे ही भजावांगे आंगनवाड़ी वर्कर हरेक ब्लॉक दे विच हरेक पिंड दे विच हरेक सर्कल दे विच ते हरेक महल्ले दे विच हरेक घर दे किन्ने किन्ने उहदे इक वर्कर दे नाल किन्ने किन्ने वर्कर ते हेल्पर दो होंगे साडे किन्ने किन्ने जुड़े हुए ने इहनां नूं मूंह तोड़ जवाब देवांगे इक वी वोट नहीं पाउण देवांगे असीं मजबूर हो गए हुण इह सरकार तों सर मैं करमजीत कौर आंगनबाड़ी वर्कर श्री गुरु तेग बहादुर नगर ते खजानची पंजाब आंगनबाड़ी मुलाजम यूनियन सीटू नाभा असी सारे उरे ना सड़क जाम करने लई धरना रैली कर कढ़न लई उरे मजबूर किया सानू सरकार ने कि साडियां जिहड़ियां जायज जरूरी मंगा हक्की मंगा ने साडियां उन्हां वल ध्यान नहीं दिता जा रहा सारे विभागों का काम सानू लद्दिया होया जबकि सानू अपने विभाग वालों भी पूरा माण पत्ता टाइम ते नहीं मिलता जिवें साडा 2018 च अक्तूबर तो सेंटर सरकार ने 1500 रुपया वधाया सी उहदे विचों 60% मोदी सरकार दा दे रही आ पर साडी कैप्टन दी सरकार ने साडा 40% दा जिहड़ा शेयर आ उह 2018 च अक्तूबर तो कट्टिया जिहड़ा सानू नहीं दित्ता जा रहा होर असीं PMY दा काम करदे आ उह कल्ली कल्ली फाइल 40-40 50-50 फाइलां कल्ली कल्ली कुड़ी ने भरियां 3-3.5 साल तों जिन्हां दा 1 रुपया साडी किसे वर्कर हैल्पर नूं नहीं मिलिया होर जिहड़े असीं पोषण अभियान दा काम करदे आ उहदा कोई पैसा सानू नहीं मिलदा ते बालण दे पैसे 40.5 तों वधा के रुपया कीता जावे जबकि सानू इक सिलेंडर दे पैसे दित्ते जांदे ने उह सिलेंडर साडा 15 दिन चलदा 20 दिन चलदा जां 10 दिन चलदा क्योंकि लाभपात्री बहुत ने असीं साडी इह मंग आ वी सानू बच्चों दे हिसाब नाल बालण दे पैसे दित्ते जाण ते साडा माण पता टाइम सिर दित्ता जावे ते कट्टे होए पैसे बकाया कर जाण ते दूसरी गल साडे आंगनवाड़ी सेंटर इन्हां ने खाली करते 3-6 साल के बच्चे सारे प्री प्राइमरी स्कूलों के करते जिहदे कारण साडे आंगनवाड़ी दीआं रौणकां चलिया गईआं ते साडे आंगनवाड़ी सेंटर खाली ने असीं चाहुंदे कि उह 3-6 साल के बच्चों का सारा फीड का काम ते उन्हां दी जिहड़ा उन्हां दी ओरल पढ़ाई आ उह सानू ही दित्ती जावे साडा ही हक आ सानू साडा बणदा हक दित्ता जावे नहीं जे साडियां मंगां इह नहीं पूरियां हुंदियां असीं होर तिक्खा संघर्ष बिढ़न लई सानू सरकार मजबूर करूगी जे संघर्ष दौरान किसे वर्कर हैल्पर नूं कुछ हो जांदा इह सरकार दी जिम्मेवारी होऊगी उस दी पटियाले पटियाले चंडीगढ़ फिर असीं पटियाले कैप्टन दा महल घेरांगे इस तों बाद असीं चंडीगढ़ जावांगे दफ्तर मूहरे जावांगे फिर असीं पार्लीमेंट दा घराओ करांगे।